ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ। ਅਤੇ ਅੱਜ ਆਪਾਂ ਇਹਨੂੰ ਖੋਲ੍ਹਣ ਲੱਗੇ ਹਾਂ ਅਤੇ ਇੱਥੋਂ ਇਸ ਚੀਜ਼ ਤੋਂ ਵੈਲਡਿੰਗ ਕਰਾਂਗੇ। ਵੈਲਡਿੰਗ ਕਰਕੇ ਅਤੇ ਫਿਰ ਇਹਦੇ ਉੱਤੇ ਇੱਕ ਪੈਪ ਲਿਆ ਕੇ ਲਾ ਕੇ, ਅਤੇ ਜਿਵੇਂ ਤੁਸੀਂ ਕਹਿਣ ਦੇ ਹੋ ਵੀ ਓਰੀਜਨਲ ਸਲੰਸਰ ਲਾਓ, ਓਰੀਜਨਲ ਵੀ ਲਾ ਕੇ ਵੇਖ ਲਾਂਗੇ ਕਿਵੇਂ ਦੀ ਬਣਦੀ ਆਵਾਜ਼। ਅਤੇ ਇੱਕ ਆਪਣੇ ਕੋਲ ਪੈਪ ਵਾਲਾ ਸਲੰਸਰ ਪਿਆ ਹੈ ਜਿਹੜਾ ਸਟੀਲ ਦਾ, ਉਹ ਵੀ ਲਾ ਕੇ ਵੇਖ ਲਾਂਗੇ ਜਿਹੜਾ ਉਹ ਪਿਆ ਸਾਹਮਣੇ। ਅਤੇ ਬਾਕੀ ਚਲੋ ਹੁਣ ਵਿਖਾਉਂਦੇ ਹਾਂ ਤੁਹਾਨੂੰ, ਅੱਜ ਤੁਹਾਨੂੰ ਕੰਮ ਹੀ ਵਿਖਾਵਾਂਗੇ ਆਪਾਂ ਕਿਵੇਂ ਕਰਨੇ ਆ। ਦੇਖੋ ਜੀ, ਕੁਛ ਐਵੇਂ ਦੀ ਆਈ ਹੈ ਸਫਾਈ ਜੀ, ਅਤੇ ਆਪਾਂ ਪਹਿਲਾਂ ਲੇਅਰਾਂ ਭਰੀਆਂ ਨੇ। ਲੇਅਰਾਂ ਭਰਨ ਤੋਂ ਬਾਅਦ ਆਪਾਂ ਉੱਤੇ ਗਰੈਂਡਰ ਮਾਰਤਾ ਪੱਥਰ ਪਾ ਕੇ, ਅਤੇ ਵੇਖਿਆ ਜੀ ਜੋੜ ਦਾ ਪਤਾ ਲੱਗਦਾ ਹੈ ਜਾਂ ਨਹੀਂ ਲੱਗਦਾ। ਬਾਕੀ ਚਲੋ ਉੱਤੇ ਮਾੜਾ ਮੋਟਾ ਰੰਗ ਹੋ ਜਾਏਗਾ, ਅਤੇ ਉਹਦੇ ਨਾਲ ਜਿਹੜੇ ਹੈ ਨੇ ਆ ਜਿਵੇਂ ਸੁਰਾਖ ਜਿਹੇ ਨੇ ਇਹ ਕੱਜੇ ਇਹ ਕਵਰ ਹੋ ਜਾਣਗੇ। ਅਤੇ ਹੁਣ ਇਹਦੇ ਉੱਤੇ ਆਪਾਂ ਇੱਕ ਪੈਪ ਲਾਉਂਦੇ ਹਾਂ, ਇਹਦੇ ਉੱਤੇ ਪੈਪ ਲਾ ਕੇ ਅਤੇ ਸੈਟਿੰਗ ਜੀ ਕਰਕੇ, ਅਤੇ ਫਿਰ ਤੁਹਾਨੂੰ ਆਵਾਜ਼ ਸੁਣਾਵਾਂਗੇ ਟਰੈਕਟਰ ਦੀ ਕਿਵੇਂ ਦੀ ਬਣੀ ਹੈ। ਬਾਕੀ ਆਪਾਂ ਖੋਲ੍ਹਦਾ ਇੱਥੋਂ ਨਾ ਜੈਨ ਲੀਕ ਹੋ ਗਿਆ ਅਤੇ ਹਵਾ ਕੱਢਦਾ, ਵੇਖਿਆ ਜੇ ਤੁਹਾਨੂੰ ਇਹ ਆਪਾਂ ਪਾ ਕੇ ਵੇਹਨੇ ਅੱਜ ਵੀ ਆਪਣੇ ਤੋਂ ਪੈਂਦਾ ਵੀ ਹੈਗਾ ਨਹੀਂ। ਲਓ ਜੀ ਮੇਰੇ ਵੀਰੋ, ਆਪਾਂ ਟਰੈਕਟਰ ਖੋਲ੍ਹ ਕੇ ਦਿੱਤਾ ਹੈ, ਹੁਣ ਇਹਨਾਂ ਨੇ ਪਤਾ ਵੀ ਦਾਪੜਾ ਨੱਠਾ ਨਾ ਬਚਾਵਾਂਗੇ ਜਾਂ ਨਹੀਂ ਬਚਾਵਾਂਗੇ, ਇਹ ਤੁਸੀਂ ਮੇਰੇ ਵੀਰ ਦੱਸਿਆ ਜੀ। ਖੋਲ੍ਹ ਹੀ ਦਿੰਦੇ ਹਾਂ ਅਸੀਂ, ਬਾਕੀ ਹੁਣ ਸਾਨੂੰ ਪੇੜ ਦਾ ਕੋਈ ਵੀ ਨਹੀਂ ਪਤਾ, ਸਾਨੂੰ ਤਾਂ ਆਪਣੇ ਸੰਦੇ ਨਹੀਂ ਲੱਭਣ ਦੇ ਕਿਤੇ ਅਸੀਂ ਫੱਕ ਬੈਠੇ ਹਾਂ। ਤੂੰ ਰਾੜ ਮਾਰਵਾ ਮੇਰੇ ਮੂੰਹ ਤੇ ਮਾਰੇ, ਰਾੜ ਇੱਕ ਛੋਟੀ ਚਾਹੀਦੀ ਮੰਗਵਾਈਏ ਕੀ ਪਈਏ ਆਪਣੇ ਵਾਲੀ ਕਿੰਨੀ ਕੁ ਛੋਟੀ ਤੂੰ ਛੋਟੀ ਮੰਗਾਉਣੀ ਪੈ ਗਈ ਦੱਸ ਦੇ ਹੁਣ ਤਾਂ ਚਕਿੰਦਾ ਲਗਾਉਂ ਦਾ ਸਪਰਿੰਗ ਖੇਡੋ ਖੇਡੋ ਚਕਿੰਦਾ ਲਗਾਉਂ ਦਾ ਬਾਹਰ ਹੀ ਤੇ ਆਏ ਮੈਂ ਖੋਲ ਸਕ ਪਾਨਾ ਲੈ ਲਾਉਣਾ ਕਿੰਨੇ ਦਾ ਲੱਗੀ ਹੈ ਗੋਟੀ 27 ਦੀ 24 ਦੀ ਆ ਵੀਰੋ ਸਾਰਾ ਖੋਲ ਕੇ ਨਾ ਰੱਖ ਦਿੱਤਾ ਜੇ ਤਾਂ ਹੋ ਗਿਆ ਇਹ ਸਹੀ ਵੀਰ ਜੀ ਫਿਰ ਤਾਂ ਆਪਣੀ ਬੱਲੇ ਬੱਲੇ ਨਹੀਂ ਤਾਂ ਚੰਮੂ ਵਾਲਿਆਂ ਨਿੱਕੇ ਵਾਲਿਆਂ ਨੂੰ ਆਪਾਂ ਢਾ ਲੈਣਾ ਜੀ ਫਿਰ ਨਾ ਕਹਿ ਦਿੱਤਾ ਕੋਈ ਨਹੀਂ ਆਹ ਦੋ ਜਣੇ ਲੱਗੇ ਨੇ ਦੋ ਦੀ ਪੰਚਾਇਤ ਵੀ ਇੱਕ ਏ ਫਿਰ ਜੀ ਆਪਾਂ ਨੂੰ ਇੰਨਾ ਫਾਇਦਾ ਹੋ ਜਾਣਾ ਵੀ ਇਹਨਾਂ ਨੂੰ ਵੱਖਰਾ ਵੱਖਰਾ ਸਰਪੰਚ ਨਹੀਂ ਸੱਦਣਾ ਪੈਣਾ ਇਹਨਾਂ ਦਾ ਆਹ ਵੇਖੋ ਆਹ ਕੋਨਾ ਜਿਹਾ ਵੇਖਣ ਡਿਆ ਜੇ ਨਾ ਹਾਂ ਇਹਨੇ ਕੀਤਾ ਕੰਮ ਇਹ ਵੀ ਅੱਜ ਕੱਲ੍ਹ ਉਹ ਤਾਂ ਚੇਲਾ ਕਮਾਉਂਦਾ ਆਹ ਲੰਮਾ ਜਿਹਾ ਫੋਰਮੈਨ ਹੈ ਨਾ ਬਾਕੀ ਇੰਨਾ ਵੀਰ ਜੀ ਲੰਮੇ ਬੰਦੇ ਦਾ ਫਾਇਦਾ ਬਣਾ ਹੁੰਦਾ ਹੈ ਮੈਂ ਤਾਂ ਆਖਿਆ ਇਹਨੂੰ ਚਨਾਈ ਦਾ ਕੰਮ ਸਿੱਖ ਲਾ ਭਰਾ ਅੱਗੇ ਗਰੀਬ ਗਰੀਬ ਦੀ ਪੈੜ ਪੂੜ ਦਾ ਕੰਮ ਬਚ ਜਾਏਗਾ ਪਰ ਇਹ ਕਹਿੰਦਾ ਮੈਂ ਮਿਸਤਰੀ ਬਣਨਾ ਬਾਕੀ ਬੜਾ ਫਾਇਦਾ ਵੇਖੋ ਜੀ ਧੋਣ ਕਿੱਥੇ ਆ ਕਿੱਥੋਂ ਨਾੜਨੇ ਇੰਨਾ ਤਾਂ ਬੰਦਾ ਹੇਠਾਂ ਨੂੰ ਹੋ ਕੇ ਚੱਕਦਾ ਹੈ ਜਿੰਨਾ ਇਹ ਉੱਤੇ ਹੀ ਹੋ ਕੇ ਖੋਲ੍ਹੀ ਜਾਂਦਾ ਚਲੋ ਚੰਗੀ ਗੱਲ ਵੀਰ ਬੜੀ ਇਮਾਨਦਾਰੀ ਦਾ ਲੈਣੇ ਪੂਰੇ ਜ਼ੋਰ ਸ਼ੋਰ ਆ ਕੀ ਨਿਕਲ ਆਇਆ ਆ ਵੀ ਨਿਕਲ ਆਇਆ ਪੌਂਜੀ ਪਾਏ ਨਾ ਫੇਰ ਜੇ ਜਿਹੜਾ ਪਾਈ ਨਾ ਪਾਸੂ ਪਾਇਆ ਸਨ ਯਾਰ ਜੰਸੀ ਯਾਰ ਫੇਰ ਜੇ ਜੋ ਪਾਇਆ ਉਹ ਨਿਕਲਦਾ ਹੈ
ਸਵਰਾਜ ਸਭ ਤੋਂ ਜ਼ਿਆਦਾ ਘੱਟ ਸਲਿੱਪ ਮਾਰਦਾ ਹੈ, ਇਸੇ ਕਰਕੇ ਘੱਟ ਮਾਰਦਾ ਵੀ ਉਹਦਾ ਵਜਨ ਪਾਇਆ। ਫਿਰ ਜੀ ਅਸੀਂ ਖੋਲਣ ਤਾਂ ਦਏ ਹਾਂ ਪਰ ਸਾਨੂੰ ਇਹਨਾਂ ਨੇ ਪਤਾ ਵੀ ਫਿੱਟ ਹੋ ਜਾਏਗਾ ਜਾਂ ਨਹੀਂ ਹੋ ਜਾਏਗਾ, ਇਸ ਕਰਕੇ ਅਸੀਂ ਵੀਡੀਓ ਬਣਾਉਂਦੇ ਹਾਂ ਵੀ ਕਿਤੇ ਕੱਲ੍ਹ ਨੂੰ ਸਬੂਤ ਹੈਗੇ ਨੇ ਮਾਲਕ ਕੋਲ। ਨਹੀਂ ਨਹੀਂ ਅੱਛਾ ਇਹ ਤੂੰ ਦੂਜੇ ਪਾਸੇ ਲੈ ਗਿਆ ਯਾਰ, ਗੱਲ ਖੋਲ੍ਹੀ ਦਿੰਦੇ ਹੁਣ ਵੇਖੋ ਵੀਰਾ ਜੀ। ਮੇਰਾ ਕੋਈ ਕਸੂਰ ਨਹੀਂ, ਮੇਰਾ ਕੋਈ ਮੂਡ ਨਹੀਂ ਖੁਲਵਾਉਣ ਦਾ, ਇੰਨਾ ਮੇਰੇ ਨਾਲ ਬੜੀ ਜ਼ਬਰਦਸਤੀ ਕੀਤੀ, ਧੱਕੇ ਨਾਲ ਮੈਨੂੰ ਲਿਆਏ। ਨਹੀਂ 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 ਵੀਰ, ਅਸੀਂ ਤਾਂ ਬਾਕੀ ਕਹਿੰਦੇ ਸੀ ਵੀ ਬੜਾ ਸਾਡਾ ਨਾਮ ਹੈ, ਬੜੀ ਤਗੜੀ ਤਗੜੀ ਵੀਡੀਓ ਚਾਹੁੰਦੇ ਨਰਵੈਰ ਦੀ ਫਾਰਮਰ, ਨਰਵੈਰ ਦਾ ਫਾਰਮਰ ਦਾ ਫਾਰਮਰ ਹੈ ਉਹ ਯਾਰ, ਬਾਹਰ ਟੁਰ ਗਈ ਉਹਦਾ ਕਾ ਤੋਂ ਨਾਂ ਬਦਨਾਮ ਕਰੀ ਉਹਨੇ, ਉਹਦਾ ਚੇਲਾ ਜੀ ਆ ਅੱਜ ਕੱਲ੍ਹ, ਅੱਜ ਕੱਲ੍ਹ ਫੋਰਮੈਨ ਹੀ ਇਹਦੇ ਕੋਲ। ਨਹੀਂ ਨਹੀਂ ਮੈਂ ਆਹ ਵੀਰ ਦਾ ਚੇਲਾ ਉਹ ਯਾਰ ਪਤਾ ਨਹੀਂ ਲੱਗਾ, ਇਹ ਪਤਾ ਨਹੀਂ, ਇਹ ਪਤਾ ਕਰਕੇ ਮਾਰਿਆ ਹੈ। ਕੋਈ ਕੋਈ ਵੀਰ ਤਿੰਨ ਚੇਲੇ ਲੱਗੇ ਨੇ ਆਪਣੇ ਕੰਮ ਕਰਨ, ਉਹ ਵੱਡਾ ਚੇਲਾ ਬੜਾ ਹੋਵੇ, ਉਹ ਜਿਹੜਾ ਵੱਡਾ ਚੇਲਾ ਨਾ ਬਸ ਉਹ ਬੜਾ ਕੰਮ ਚੋਰ ਕੁਰਸੀ ਲੱਭਦਾ ਰਹਿੰਦਾ ਹਰ ਟਾਈਮ।